ਪਰਸਨੈਲਟਡ ਹੈਂਡਸਮ ਸਮਾਰਟ ਜਿਹੜਾ ਅਫਸਰ ਆ ਉਹ ਤੁਹਾਡੇ ਸਾਹਮਣੇ ਬੈਠਾ ਔਰ ਇੱਕ ਝੁਲਸੀ ਹੋਈ ਚਿਬੜੀ ਹੋਈ ਔਰ ਜਮਾਂ ਹੀ ਭੈੜੀ ਲਵ ਯੂ ਵੀ ਮੇਰੇ ਨਾਲ ਹੈਲੋ ਲਵ ਯੂ ਜੈ ਹਿੰਦ ਜੈ ਸਰ ਜੈ ਹਾਲ ਨੇ ਤੁਹਾਡੇ ਮੈਂ ਠੀਕ ਹਾਂ ਲਵ ਯੂ ਤੂੰ ਸੁਣਾ ਮੈਂ ਠੀਕ ਹਾਂ ਸਰ ਤੁਹਾਨੂੰ ਪਤਾ ਚਿੜੀ ਡਿੱਗ ਪਈ ਹੈ ਚਿੜੀ ਡਿੱਗ ਪਈ ਚਿੜੀ ਤੇ ਡਿੱਗ ਪਈ ਕਿ ਮੂੰਹ ਦੇ ਅੰਦਰ ਡਿੱਗ ਪਈ ਉੱਚੀ ਤਾਂ ਬੋਲ ਕੀ ਹੋਇਆ ਸਰ ਪਤਾ ਕੀ ਤਾਰ ਤੇ ਨਹੀਂ 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 ਕੀ ਹੋਇਆ ਕੀ ਆ ਸਰ ਤਾਰ ਤੇ ਬੈਠੀ ਸੀ ਥੱਲੇ ਡਿੱਗ ਪਈ ਚਿੜੀ ਉਹ ਕਿੱਦਾਂ ਡਿੱਗ ਪਈ ਤਾਰ ਤੇ ਬੈਠੀ ਥੱਲੇ ਕਿੱਦਾਂ ਡਿੱਗ ਪਈ ਪਤਾ ਨਹੀਂ ਸਰ ਉਹਨੂੰ ਕੀ ਹੋਇਆ ਉਹਨੇ ਕਿ ਨਸ਼ਾ ਕੀਤਾ ਹੈ ਕਿ ਉਹ ਬੇਹੋਸ਼ ਹੋ ਕੇ ਡਿੱਗੀ ਸਰ ਮੈਨੂੰ ਲੱਗਦਾ ਉਹਨੂੰ ਹਾਰਟ ਅਟੈਕ ਆ ਗਿਆ ਸੀ ਸ਼ਾਬਾਸ਼ ਕਦੀ ਤੇਰਾ ਦੁੱਧ ਉੱਬਲ ਜਾਂਦਾ ਕਦੀ ਤੇਰੀ ਚਿੜੀ ਡਿੱਗ ਪੈਂਦੀ ਹੈ ਕਦੇ ਕੁਛ ਹੋ ਜਾਂਦਾ ਕਦੇ ਕੁਛ ਹੋ ਜਾਂਦਾ ਮੈਂ ਕੀ ਕਰਾਂ ਮੈਨੂੰ ਦੱਸ ਕਿੱਥੋਂ ਲੈ ਕੇ ਆਨੀ ਹੈ ਨਵੇਂ ਨਵੇਂ ਸ਼ਬਦ ਤੂੰ ਸਰ ਮੈਂ ਤੁਸੀਂ ਮੰਨਦੇ ਹੋ ਤੈਨੂੰ ਅੱਜ ਪਤਾ ਲੱਗ ਗਿਆ ਕਿ ਮੇਰਾ ਤਕੀਏ ਕਲਾਮ ਹੈ ਵਾਹ 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 ਘਰ ਦੇ ਤਕੀਏ ਨਾ ਉਹ ਸਵਾਓ ਪਹਿਲਾਂ ਜਿਹਨਾਂ ਦੇ ਫਾਟੇ ਹੋਏ ਆ ਜਿਹੜੇ ਜਿਹਦੇ ਟੇਡੇ ਚੀਰੇ ਲੱਗੇ ਹੋਏ ਆ ਸਮਝ ਆ ਗਈ ਕਲਾਮ ਲੈ ਕੇ ਆ ਜਾਨੀ ਇੱਥੇ ਰੋਜ਼ ਦਾ ਰੋਜ਼ ਕੀ ਆ ਅੱਜ ਤੇਰਾ ਚਿੜੀ ਡਿੱਗ ਪਈ ਜੀ ਸਰ ਤੇਰੇ ਮੂੰਹ ਵਰਗੀ ਹੋਣੀ ਹੈ ਨਾ ਉਹ ਵੀ ਡਿੱਗ ਪੈਂਦੀ ਹੋਣੀ ਕਿਤੇ ਨਾ ਕਿਤੇ ਸਰ ਪਤਾ ਕੀ ਫੋਨ ਆਇਆ ਪਤਾ ਕੀ ਹੈ ਸਰ ਜਿੱਦਾਂ ਹੀ ਮੈਂ ਬਾਹਰ ਨਿਕਲੀ ਨਾ ਘਰੋਂ ਸ਼ਾਇਦ ਉਹਨੇ ਮੇਰੀ ਸ਼ਕਲ ਵੇਖੀ ਉਹ ਘਬਰਾ ਗਈ ਤੇ ਉਹ ਪੂਰੀ ਗੱਲ ਦੱਸੇ ਕਰ ਨਾ ਕਿ ਜਿੱਦਾਂ ਮੈਂ ਘਰੋਂ ਬਾਹਰ ਨਿਕਲੀ ਤੇ ਸਾਰੇ ਮਹੱਲੇ ਵਾਲੇ ਅੰਦਰ ਵੜ ਗਏ ਕਿਉਂਕਿ ਕਿਸੇ ਕਿਸੇ 'ਚ ਹੌਸਲਾ ਹੁੰਦਾ ਇਹੋ ਜਿਹੀ ਚੀਜ਼ ਦੇਖਣ ਦਾ ਸਰ ਬਹੁਤਾਂ ਨੇ ਬੋਲੋ ਬਸ ਚਿੜੀ ਡਿੱਗ ਪਈ ਇਹ ਪੁੱਤਰ ਜਿਹੜੀ ਡਿੱਗੀ ਇਹਨੂੰ ਚੁੱਕ ਲੈ ਕਿਤੇ ਮੇਰੇ ਪੈਰਾਂ ਥੱਲੇ ਨਾ ਆ ਜਾਵੇ ਚਿੜੀ ਡਿੱਗ ਪਈ ਸਰ ਵੈਸੇ ਚਿੜੀ ਦੀ ਵੀ ਕੀ ਜ਼ਿੰਦਗੀ ਛੋਟੀ ਜਿਹੀ ਚਿੜੀ ਇਹਨੂੰ ਤੇ ਚਿੜੀ ਤੈਨੂੰ ਕੀ ਐਡੀ ਹੋਣੀ ਚਾਹੀਦੀ ਹੈ ਸਰ ਕਿੰਨੀ ਮਾਸੂਮ ਹੈ ਚਿੜੀ ਬੇਟਾ ਜਿਹੜਾ ਵੀ ਜਾਨਵਰ ਦੁਨੀਆ ਤੇ ਆਇਆ ਨਾ ਉਹਦਾ ਨਾਮ ਉਹਦੇ ਹਿਸਾਬ ਨਾਲ ਹੀ ਰੱਖਿਆ ਗਿਆ ਹੁਣ ਦੇਖ ਨਾਮ ਛੋਟਾ ਚਿੜੀ ਤੇ ਫਿਰ ਜੂਣੇ ਦਾ ਨਾਮ ਕੀ ਹੋਏਗਾ ਸਰ ਜੂਣੇ ਦਾ ਨਾਮ ਜੂਣਾ ਹੀ ਹੈ ਇਸੇ ਕਰਕੇ ਤੇ ਜੂਣਾ ਰੱਖਿਆ ਨਿਕਾ ਜਾ ਉਹ ਤਾਂ ਡੋਨ ਲਾ ਲਿਆ ਉਹਨੇ ਡੋਨ ਜ਼ਿਆਦਾ ਸੂਟ ਕਰਦਾ ਉਹਨੂੰ ਖਲੋ ਜਾ ਇੱਕ ਮਿੰਟ ਸੁਖਦੇਵ ਜੀ ਦਾ ਫੋਨ ਆਇਆ ਹੈਲੋ ਮੈਨੂੰ ਲੱਗਦਾ ਜਿੰਨਾ ਜਿੰਨਾ ਤੁਸੀਂ ਟਮਾਟਰ ਟਮਾਟਰ ਕਰਦੇ ਹੋ ਅੱਜ ਕੱਲ ਹਰ ਚੀਜ਼ ਸੌਸ ਟਮਾਟੋ ਸੌਸ ਨਾਲ ਨਹੀਂ ਖਾ ਰਹੇ ਖੁਸ਼ੀ ਚ ਖਾ ਰਹੇ ਖੁਸ਼ੀ ਚ ਸਰ ਤੁਹਾਨੂੰ ਪਤਾ ਟਮਾਟਰ ਵਿੱਚ ਬੀਜ ਵੀ ਹੁੰਦੇ ਨੇ ਸਰ ਥੈਂਕ ਯੂ ਵੈਸੇ ਬੜੀ ਤਾਰੀਫ ਕੀਤੀ ਹੈ ਮੇਰੀ ਵੀ ਸੁਣ ਲਓ ਸਾਡੀ ਵੀ ਨਹੀਂ ਸੁਣਦੇ ਤੇਰੀ ਕਿੱਥੋਂ ਸੁਣ ਲੈ ਤੂੰ ਤੇ ਫਿਰ ਨਵੀਂ ਆਈ ਮੈਂ ਤੇ ਉਹਨਾਂ ਨੂੰ ਕਹਿਣਾ ਸੀ ਕਿ ਟਮਾਟਰ ਵਿੱਚ ਬੀਜ ਵੀ ਹੁੰਦੇ ਆ ਕਹਿੰਦੀ ਟਮਾਟਰ 'ਚ ਬੀਜ ਵੀ ਹੁੰਦੇ ਆ ਕੀ ਮਤਲਬ ਹੈ ਤੇਰੇ ਪਿੱਤ ਨਿਕਲੀ ਸਰ ਉਹਦੇ ਨਾਲ ਪੱਥਰੀ ਵੀ ਤਾਂ ਹੋ ਜਾਂਦੀ ਹੈ ਲਓ ਜੀ ਇਹ ਤਾਂ ਤੁਹਾਨੂੰ ਪਿਆਰ ਕਰਨ ਦੀ ਜਗ੍ਹਾ ਸਿੱਧੀ ਪੱਥਰੀ ਦੇਣ ਡਈ ਹੈ ਚਲੋ ਕੋਈ ਗੱਲ ਨਹੀਂ ਕੋਈ ਦਾ ਕਹਿੰਦੀ ਟਮਾਟਰ ਖਾਣ ਨਾਲ ਪੱਥਰੀ ਹੁੰਦੀ ਆ ਸਰ ਵੈਸੇ ਵੀ ਗੱਲ ਕਮਾਂ ਤੁਹਾਨੂੰ ਮੈਂ ਸਰ ਵੈਸੇ ਗੱਲ ਕਮਾਂ ਤੁਹਾਨੂੰ ਮੈਂ ਦੱਸੋ ਜੀ ਸਰ ਜਦ ਵੀ ਤੁਸੀਂ ਕਾਲ ਕਰਦੇ ਹੋ ਮੇਰੀ ਬੜੀ ਤਾਰੀਫ ਕਰਦੇ ਹੋ ਦੇਖਿਓ ਤੁਹਾਡੀ ਵਾਈਫ ਨੂੰ ਨਾ ਪਤਾ ਲੱਗ ਜਾਏ ਕਿਤੇ ਬਸ ਉਹ ਵਾਈਫ ਕਾਫੀ ਦੇਰ ਪਹਿਲਾਂ ਹੀ ਇਹਨਾਂ ਨੂੰ ਮਤਲਬ ਗਏ ਹੋਏ ਨੇ ਛੱਡ ਕੇ ਕੋਈ ਐਸੀ ਗੱਲ ਨਹੀਂ ਇਸੇ ਕਰਕੇ ਤੇ ਨਵੀਂ ਗੱਲ ਦੱਸਣੀ ਇੱਕ ਹਾਂਜੀ ਤੁਹਾਨੂੰ ਨਵੀਂ ਗੱਲ ਦੱਸਣੀ ਮੈਂ ਜੀ ਪਹਿਲਾਂ ਮੈਂ ਤੁਹਾਨੂੰ ਦੱਸਣੀ ਹੈ ਕਿਹੜੀ ਕਿਹੜੀ ਇੱਕ ਮਿੰਟ ਆਪ ਜੀ ਨੇ ਫੋਨ ਕੀਤਾ ਕਹਿੰਦੀ ਮੈਂ ਤੁਹਾਡੇ ਘਰ ਆ ਰਹੀ ਹਾਂ ਮਿਲਣ ਵਾਸਤੇ ਮੈਨੂੰ ਅੱਛਾ ਇੱਥੇ ਯੂਕੇ 'ਚ ਹਾਂਜੀ ਮੈਂ ਰਾਣੀ ਹੋ ਗਿਆ ਮੈਂ ਕਹਿ ਲੱਗਾ ਫੋਨ ਮੈਂ ਤੁਸੀਂ ਕੌਣ ਬੋਲਦੇ ਹੋ ਉਹ ਜਿਹੜੀ ਪਹਿਲੀ ਪਛਾਣੀ ਨਵੀਂ ਆਵਾਜ਼ ਕੱਢ ਕਹਿੰਦੀ ਮੈਂ ਲਵ ਯੂ ਬੋਲਨੀ ਆ ਪਹਿਲੀ ਪਹਿਲੀ ਲਵ ਯੂ ਜਿਹੜੀ ਹਾਂਜੀ ਇਹ ਤਾਂ ਗੱਲ ਬਣ ਗਈ ਸਕਦੇ ਜੀ ਫਿਰ ਤਾਂ ਭੈਣ ਆ ਰਹੀ ਹੈ ਘਰ ਫਿਰ ਤਾਂ ਤਿਆਰੀਆਂ ਕਰੋ ਰੱਖੜੀ ਆਪੇ ਲੈ ਗਈ ਤੁਸੀਂ ਤਾਂ ਸਿਰਫ ਰੱਖੜੀ ਦੇ ਵਜੋਂ ਜੋ ਦੇਣਾ ਉਹਦੀ ਤਿਆਰੀ ਕਰੋ ਤਾਂ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕੱਲ ਨੂੰ ਉਹਦੇ ਨਿਆਣੇ ਆਉਣਗੇ ਤੁਹਾਨੂੰ ਮਾਮਾ ਮਾਮਾ ਕਹਿਣਗੇ ਹਾਂਜੀ ਯਾਰ ਮੈਂ ਕਿਉਂ ਮਨਾਵਾਂ ਇਹਨੂੰ ਸੁਖਦੇਵ ਜੀ ਤੁਸੀਂ ਮੈਨੂੰ ਇੱਕ ਅਫਸਰ ਬੰਦੇ ਦੀ ਜਿਹਦੀ ਡਿਊਟੀ ਦੁਨੀਆ ਤੋਂ ਕ੍ਰਾਈਮ ਮਿਟਾਉਣ ਦੀ ਕਰਪਸ਼ਨ ਮਿਟਾਉਣ ਦੀ ਹੋਰ ਚੀਜ਼ਾਂ ਦੇਖਣ ਦੀ ਉਹਨੂੰ ਤੁਸੀਂ ਕਹਿਣ ਦਿਓ ਸਾਰਾ ਕੰਮ ਛੱਡ ਕੇ ਤੇ ਇਹਨੂੰ ਮਨਾ ਮੇਰੇ ਵਾਸਤੇ ਬਹੁਤ ਅੱਛੇ ਮੇਰੀ ਗੱਲ ਸੁਣੋ ਨਾ ਸੁਖਦੇਵ ਜੀ ਤੁਸੀਂ ਆਪਣਾ ਕੋਈ ਅੰਦਾਜ਼ ਸ਼ਾਇਰਾਨਾ ਅੰਦਾਜ਼ ਜਾਂ ਕੋਈ ਰੋਮਾਂਟਿਕ ਅੰਦਾਜ਼ ਨਾਲ ਤੁਸੀਂ ਆਪਣਾ ਦੇਖੋ ਹਿਸਾਬ ਕਿਤਾਬ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਮੈਂ ਥੋੜੀ ਗੱਲ ਕਰਾਂਦਾ ਅਦੇ ਇੰਪ੍ਰੈਸ ਤੁਸੀਂ ਕਰੋ ਨਾ ਮੈਨੂੰ ਕੀ ਕਰੋ ਇੰਪ੍ਰੈਸ ਮੰਦਿਰ ਮਸਜਿਦ ਟਾ ਦੇ ਬੁੱਲੇ ਸ਼ਾਹ ਇਹ ਕਹਤਾ ਪਰ ਪਿਆਰ ਕਬ ਕਬ ਕਬੀ ਨਾ ਦਿਲ ਨਾ ਤੋੜੋ ਜਿਸ ਦਿਲ ਮੇ ਦਿਲ ਬਰ ਰਹਤਾ ਉਹ ਜਿਸ ਪਲੜੇ ਮੇ ਤੁਲੇ ਮੁਹੱਬਤਾਂ ਚਾਂਦੀ ਨਹੀਂ ਤੋਲਣਾ ਟੋਲਣਾ ਵੇ ਮਨੇ
ਵੈਸੇ ਤੁਹਾਨੂੰ ਪਤਾ ਹੈ ਜੀ ਗੱਲ ਉਹਨਾਂ ਨੂੰ ਨਹੀਂ ਪਤਾ ਮੈਨੂੰ ਦੱਸ ਦੇ ਉਹਨਾਂ ਨੇ ਘੱਟ ਹੀ ਸੁਣਨੀ ਹੁੰਦੀ ਆਖਿਰ ਵਿੱਚ ਕਹਿ ਗਈ ਵੇ ਮੈਂ ਨਹੀਂ ਬੋਲਣਾ ਪਰ ਸਾਰੀਆਂ ਗੱਲਾਂ ਉਹੀ ਬੋਲ ਗਏ ਮੈਨੂੰ ਤਾਂ ਸਹੀ ਹਿਸਾਬ ਨਾਲ ਲੱਗਦਾ ਜਿਸ ਹਿਸਾਬ ਨਾਲ ਉਹਨਾਂ ਨੇ ਇਹ ਗਾਣਾ ਸੁਣਾਇਆ ਨਾ ਉਹਨਾਂ ਦੇ ਘਰਦਿਆਂ ਦੇ ਸੋਫੇ ਹੁੰਦੇ ਨੇ ਜਿਹੜੇ ਉਹਨਾਂ ਦੇ ਕੰਨਾਂ ਨੂੰ ਵੀ ਹਾਰਟ ਅਟੈਕ ਆ ਗਿਆ ਹੋਣਾ ਇੰਨੇ ਵਾਰੀ ਇਹ ਗਾਣਾ ਸੁਣ ਕੇ ਜਿੰਨੇ ਵਾਰੀ ਇਹਨਾਂ ਨੇ ਸੁਣਾਇਆ ਸਹੀ ਗੱਲ ਹੈ ਮੈਂ ਵੀ 2-3 ਵਾਰ ਤਾਂ ਮੈਂ ਸੁਣ ਚੁੱਕੀ ਹਾਂ ਸਰ ਤੂੰ 2-3 ਵਾਰ ਸੁਣ ਚੁੱਕੀ ਬੇਟਾ ਅਸੀਂ 350 ਐਪੀਸੋਡ ਤੂੰ ਸਰ ਵੈਸੇ ਨਾ ਕਿੰਨਾ ਇੰਪ੍ਰੈਸ ਕਰਦੇ ਮੈਨੂੰ ਹਨਾ ਕਿੰਨਾ ਲਾਈਕ ਮੈਂ ਇਹੀ ਸਮਝਾਉਣਾ ਉਹਨਾਂ ਨੂੰ ਕਿ ਇਹਨੂੰ ਇੰਪ੍ਰੈਸ ਨਾ ਕਰੋ ਗਰਮ ਕਰਕੇ ਪ੍ਰੈਸ ਲਾਓ ਇਹਦੇ ਮੂੰਹ ਤੇ ਤਾਂ ਅਸਲੀ ਮੂੰਹ ਬਾਹਰ ਨਿਕਲਦਾ ਕਾਲ ਆ ਗਿਆ ਚਿੜੀ ਡਿੱਗ ਪਈ ਹੈ ਇਹ ਚਿੜੀ ਨਹੀਂ ਡਿੱਗੀ ਇਹ ਫੋਨ ਆਇਆ ਸਾਡੇ ਕਾਲਰ ਦਾ ਤੇ ਗੱਲ ਕਰੋ ਨਾ ਸਰ ਚਿੜੀ ਡਿੱਗ ਪਈ ਹੈਲੋ ਹੈਲੋ ਬਾਲੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਸਾਹਿਬ ਮਹਾਰਾਜ ਕਰਨਜੀਤ ਪਲਾ ਉਹ ਪਲਾ ਸਾਹਿਬ ਕੀ ਹਾਲ ਚਾਲ ਨੇ ਜੀ ਪਲਾ ਸਾਹਿਬ ਤੁਸੀਂ ਕਦੀ ਇੱਧਰ ਗਏ ਹੋ ਕਠੂਏ ਕਠੂਏ ਵਾਲੀ ਸਾਈਡ ਜੰਮੂ ਤੋਂ ਪਠਾਨਕੋਟ ਤੋਂ ਗਾਂ ਥੋੜਾ ਜਿਹਾ ਇਹ ਕਠੂਆ ਆਉਂਦਾ ਇੱਕ ਰਸਤੇ ਚ ਮੈਂ ਮਾਲਵੇ ਦਾ ਬੰਦਾ ਮੈਂ ਮੋਗੇ ਤੋਂ ਗਿਣ ਗਿਆ ਕਦੀ ਮੋਗੇ ਤੋਂ ਮੈਂ ਸੋਨੀ ਦੇ ਪਿੰਡ ਦਾ ਹੀ ਹਾਂ ਅੱਛਾ ਜੀ ਤੇ ਇਹ ਸੋਨੀ ਹੋਣਾ ਨੇ ਲੰਘਣ ਦਿੱਤਾ ਕਦੀ ਜਾਂ ਆਪ ਹੀ ਨਹੀਂ ਲੰਘੇ ਲੰਘਣੀ ਦਿੱਤਾ ਉਹਨਾਂ ਨੇ ਕਦੇ ਮੈਂ ਜਦੋਂ ਇਹ ਕੋਈ ਸੋਨੀ ਗਲੀ ਬੰਦ ਕਰ ਲੈਂਦੇ ਅੱਗੇ ਹੈ ਨਹੀਂ ਇਹ ਗਲੀ ਬੰਦ ਕਰ ਲੈਂਦੇ ਜਾਂ ਤੂੜੀ ਵਾਲੀ ਟਰਾਲੀ ਖੜੀ ਕਰ ਦਿੰਦੇ ਅੱਗੇ ਬਾਜ਼ਾਰ ਚ ਕਟਾਈ ਕੀਤੀ ਹੈ ਕੀ ਕੀਤੀ ਹੈ ਕਟਾਈ ਕੀਤੀ ਹੈ ਮੈਂ ਉਹ ਕੀ ਗੱਲ ਤੂੰ ਕਿਉਂ ਕਟਾ ਅੱਗੇ ਤੇ ਵੈਸੇ ਗੱਲ ਤਾਂ ਸਾਰੀ ਜਿਹੜੀ ਪਹਿਲਾਂ ਹੀ ਲਵ ਜੋ ਹੀ ਉਹ ਤਾਂ ਕਦੀ ਇਹਨੇ ਹੱਥ ਨਹੀਂ ਲਾਇਆ ਉਹਦੇ ਨਾਲ ਤੇ ਬੜੀ ਹੈ ਕਿਕਲੀ ਸਰ ਵੈਸੇ ਮੈਨੂੰ ਵੀ ਬੜਾ ਪਿਆਰ ਹੈ ਕਿਉਂਕਿ ਰੋਜ਼ ਮੈਨੂੰ ਇੱਥੇ ਹੀ ਦਿਖਦਾ ਹੈ ਨਾ ਪਰ ਮੈਨੂੰ ਦੇਖਿਆ ਅੱਜ ਸ਼ਰਾਰਤਾਂ ਕਰੀ ਸੀ ਕੁੜੀਆਂ ਨੂੰ ਛੇੜ ਰਹੇ ਸੀ ਇਹ ਕੁੜੀਆਂ ਨੂੰ ਨਹੀਂ ਨਹੀਂ ਜੀ ਓਏ ਉਹ ਤੈਨੂੰ ਇੰਨੇ ਵਾਰੀ ਕਿਹਾ ਉਹ ਮੈਨੂੰ ਛੇੜਦੀਆਂ ਮੈਂ ਨਹੀਂ ਛੇੜਦਾ ਜੀ ਵਾਹ ਵਾਹ ਕਿੱਡਾ ਤੂੰ ਪੁੱਤਰ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਲੱਗਾ ਛੋਟਾ ਬਟਨ ਹੈ ਨਾ ਜਿਹਨੂੰ ਘੜੀ ਘੜੀ ਛੇੜਦੀਆਂ ਉਹ ਨਹੀਂ ਸੱਚੀ ਉਹ ਛੇੜ ਉਹਨਾਂ ਨੂੰ ਤਾਂ ਮੈਡਮ ਨੇ ਪੁੱਛਿਆ ਨਹੀਂ ਕਿਉਂ ਛੇੜਦੀਆਂ ਕਿਉਂ ਛੇੜਦੀਆਂ ਇਹ ਛੇੜਦਾ ਸੀ ਕਿ ਕੁੜੀਆਂ ਛੇੜ ਸਾਰੇ ਗਾਣੇ ਗਾ ਰਹੇ ਸੀ ਉਹਨਾਂ ਨੂੰ ਵੇਖ ਵੇਖ ਕੇ ਨਾ ਓਏ ਉਹ ਤਾਂ ਮੇਰੀ ਆਦੇਸ਼ ਰਸ਼ਮੀਆਂ ਤੁਹਾਨੂੰ ਪਤਾ ਮੇਰੀ ਆਦਤ ਹੈ ਜੀ ਗਾਣੇ ਗਾਣ ਦੀ ਅੱਜ ਫਿਰ ਗੁੰਗਾ ਕਿਉਂ ਮਰਿਆ ਅੱਜ ਬਸ ਉਦਾਂ ਹੀ ਸਾ ਡੰਡੇ 'ਚ ਬਹਿ ਗਏ ਨਾ ਬੀਜੀ ਇਹ ਲੱਗਿਆ ਅੱਜ ਮੈਨੂੰ ਨਾ ਤਾਂ ਕਰਕੇ ਮੈਂ ਪਿਓ ਲੱਗਣਾ ਬੀਜੀ ਤੂੰ ਹੋਏਗਾ ਤੇਰੀ ਸ਼ਕਲ ਹੋਣੀ ਬੀਜੀ ਵਰਗੀ ਮੈਂ ਪਿਓ ਆ ਬੀਜੀ ਮਤਲਬ ਉਹ ਬੀਜੀ ਬਈ ਵਰਕ ਕਰ ਰਹੇ ਦੀ ਵਰਕ ਅੱਛਾ ਅੱਛਾ ਮੈਨੂੰ ਲੱਗਾ ਕਹਿੰਦਾ ਬੀਜੀ ਵਰਗੀ ਸ਼ਕਲ